बिराज ओस्ती संघर्ष कमेटी जैनी जुगयाल की ओर से प्रधान दयाल सिंह की अध्यक्षता में पिछले लंबे समय से अपनी मांगों को लेकर संघर्ष किया जा रहा है जिसके चलते है आज एक शिष्टमंडल रंजीत सागर डैम के मुख्य इंजीनियर संदीप सलूजा से मिले और अपनी लंबित मांगों के प्रति उनको बताया इस मौके मुख्य इंजीनियर संदीप सलूजा ने उनको आश्वासन दिया है कि उनके मामले पर गहनता से जांच कर इसकी रिपोर्ट अपने उच्च अधिकारियों को देंगे वे जल्द ही इनकी समस्या का कोई ना कोई हल जरूर किया जाएगा वहीं प्रधान दयाल सिंह ने कहा है कि अगर उनको इंसाफ नहीं मिला तो वे संघर्ष को और तेज़ करेंगे ਅੱਜ ਆਪਣੇ ਛਪਗੰਡੀ ਡੈਮ ਪ੍ਰੋਜੈਕਟ ਦੇ ਪੰਜਾਬ ਸਾਈਡ ਦੇ ਡੈਮ ਹੋਸਟਿਸ ਜਿਹੜੇ ਦਿਆਲ ਸਿੰਘ ਤੇ ਉਹਨਾਂ ਦੇ ਹੋਰ ਮੈਂਬਰ ਜਿਨ੍ਹਾਂ ਨੂੰ ਕੀ ਇਸ ਪ੍ਰੋਜੈਕਟ ਦੇ ਉੱਤੇ ਨੌکریاں ਨਹੀਂ ਦਿੱਤੀਆਂ ਗਈਆਂ ਉਹਨਾਂ ਦੀ ਡੈਲੀਗੇਸ਼ਨ ਮਿਲੀ ਮੈਨੂੰ ਉਹਨਾਂ ਨੇ ਆਪਣੇ ਮੈਨੂੰ ਜਾਣਕਾਰੀ ਦਿੱਤੀ ਵੀ ਉਹਨਾਂ ਨੂੰ ਜਿਹੜੀਆਂ ਸਰਕਾਰ ਦੀ ਪਾਲਿਸੀ ਹੈ ਉਹ ਪਾਲਿਸੀ ਦੇ ਵਿੱਚ ਉਹ ਕਵਰ ਨਹੀਂ ਹੁੰਦੇ ਇਸ ਕਾਰਨ ਉਹ ਉਹਨਾਂ ਨੂੰ ਨੌکریاں ਨਹੀਂ ਦਿੱਤੀਆਂ ਗਈਆਂ ਤੇ ਉਹ ਉਹਨਾਂ ਬਲ ਮੰਗ ਕੀਤੀ ਵੀ ਪਾਲਿਸੀ ਨੂੰ ਇਹ ਗੱਲ ਦੁਬਾਰਾ ਨੂੰ ਚੇਂਜ ਕੀਤਾ ਜਾਵੇ ਮੈਂ ਉਹਨਾਂ ਨੂੰ ਦੱਸਿਆ ਕਿ ਪਾਲਿਸੀ ਨੂੰ ਚੇਂਜ ਕਰਨਾ ਤਾਂ ਸੰਭਵ ਨਹੀਂ ਹੈ ਕਿਉਂਕਿ ਪਾਲਿਸੀ ਜਿਹੜੀ ਬਣਾਈ ਜਾਂਦੀ ਹੈ ਸਰਕਾਰ ਵੱਲੋਂ ਪੂਰਾ ਵਿਚਾਰ ਕਰਕੇ ਜਿਹੜੀ ਰੂਲਸ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਂਦੀ ਹੈ ਤੇ ਉਹਨਾਂ ਵੱਲੋਂ ਫਿਰ ਮੈਨੂੰ ਇਹ ਕਿਹਾ ਗਿਆ ਵੀ ਜਿਹੜੇ ਛੱਪਗੰਡੀ ਡੈਮ ਦੇ ਪੰਜਾਬ ਸਾਈਡ ਦੇ ਉੱਤੇ ਜਿਹੜੀ ਨੌਕਰੀਆਂ ਦਿੱਤੀਆਂ ਗਈਆਂ ਹਨ ਉਹਦੇ ਵਿੱਚ ਵੀ ਕੁਝ ਇੱਕ ਕਮੀਆਂ ਹਨ ਖਾਸ ਕਰਕੇ ਨੀਚਲੇ ਲੈਵਲ ਤੇ ਜਾਂ ਕੋਈ ਕੋਈ ਜਿਹੜੇ ਰਿਆਸੀ ਨੇ ਜਿਹੜੇ ਛੱਪਗੰਡੀ ਦੇ ਪੰਜਾਬ ਸਾਈਡ ਤੇ ਉਹਨਾਂ ਵੱਲੋਂ ਕੁਝ ਆਪਣੇ ਜੋ ਕਾਗਜ਼ਾਂ ਪੱਤਰਾਂ ਦੇ ਵਿੱਚ ਜੋ ਵੀ ਉਹਨਾਂ ਨੇ ਆਪਣੇ ਨਾਂ ਤੇ ਜ਼ਮੀਨਾਂ ਚੜਾ ਕੇ ਕੋਈ ਇੱਕ ਪਰਿਵਾਰ ਦੇ ਵਿੱਚ ਜਿਆਦਾ ਮੈਂਬਰਾਂ ਵੱਲੋਂ ਵੀ ਨੌਕਰੀਆਂ ਪ੍ਰਾਪਤ ਕੀਤੀਆਂ ਗਈਆਂ ਤੇ ਉਹਦੇ ਵਿੱਚ ਉਹਨਾਂ ਦੱਸਿਆ ਕਿ ਐਸਟੀਐਮ ਵੱਲੋਂ ਇਨਕੁਆਰੀ ਰਿਪੋਰਟ ਜਿਹੜੀ ਹੈ ਜਿਹੜੀ ਕੀਤੀ ਗਈ ਹੈ ਉਹਦੇ ਤੇ ਉਹਨਾਂ ਦੀ ਮਨਸ਼ਾ ਵੀ ਜਿਹੜੇ ਜਿਨ੍ਹਾਂ ਨੇ ਕੋਈ ਇਹਨਾਂ ਦੇ ਉੱਤੇ ਨਾਜਾਇਜ਼ ਜੇ ਕੋਈ ਸਾਥ ਦੇ ਕੇ ਜਿਹੜੇ ਕੋਈ ਸਾਡੇ ਸਰਕਾਰੀ ਕੋਈ ਨੀਚਲੇ ਮੁਲਾਜ਼ਮ ਨੇ ਜੇ ਕੋਈ ਵਿੱਚ ਰਲੇ ਹੋਏ ਨੇ ਜੇ ਕੋਈ ਉਹਨਾਂ ਨੂੰ ਮਿਲ ਕੇ ਕੋਈ ਉਹਨਾਂ ਨੇ ਕੋਈ ਇਹਦੇ ਵਿੱਚ ਕੋਈ ਨੌਕਰੀਆਂ ਦਵਾਈਆਂ ਨੇ ਤਾਂ ਉਹ ਅਸੀਂ ਜ਼ਰੂਰ ਉਹਨੂੰ ਖੋਖਾਂਗੇ SDM ਸਾਹਿਬ ਦੀ ਰਿਪੋਰਟ ਸਾਡੇ ਕੋਲ ਆ ਗਈ ਹੈ ਉਹਦੇ ਲਈ ਅਸੀਂ ਇੱਕ ਇੱਕ ਰਿਪੋਰਟ ਜਿਹੜੀ ਸੰਬੰਧਕ ਦਫ਼ਤਰ ਤੋਂ ਲੈ ਲਈ ਹੈ ਪਰ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਇੱਕ ਇੰਡੀਪੈਂਡੈਂਟ ਵੀ ਰਿਪੋਰਟ ਜਿਹੜੀ ਹੈਗੇ ਦਫ਼ਤਰ ਤੋਂ ਲੈ ਲਈ ਜਾਵੇ ਤਾਂ ਜੋ ਜੇ ਕੋਈ ਜਿਹਨਾਂ ਦੀ ਜਿਹੜੇ ਕੀ ਇਹ ਗੱਲਾਂ ਇਹਨਾਂ ਨੇ ਦੱਸੀਆਂ ਜੀ ਇਹਨਾਂ ਵਿੱਚ ਕੋਈ ਵੀ ਸਚਾਈ ਹੈ ਤਾਂ ਅਸੀਂ ਡੈਫੀਨਿਟਲੀ ਉਹ ਕਾਰਵਾਈ ਕਰਾਂਗੇ ਬਾਕੀ ਬਾਕੀ ਜਿਹੜੀ ਉਹਨਾਂ ਦੀ ਜਿਹੜੀਆਂ ਪਾਲਿਸੀ ਦੇ ਸੰਬੰਧ ਵਿੱਚ ਜਿਹੜੇ ਉਹਨਾਂ ਦੇ ਮੁੱਦੇ ਨੇ ਮੈਂ ਉਹ ਜ਼ਰੂਰ ਮੈਂ ਉਹ ਵੀ ਜ਼ਰੂਰ ਉੱਪਰ ਉੱਪਰਲੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਵਾਂਗਾ ਜੋ ਵੀ ਸਰਕਾਰ ਦਾ ਫੈਸਲਾ ਹੋਵੇਗਾ ਅਸੀਂ ਉਹਨਾਂ ਦੇ ਤੇ ਕਾਰਵਾਈ ਕਰਾਂਗੇ ਕਦੋਂ ਤੱਕ ਦਾ ਟਾਈਮ ਸੈੱਟ ਕਰ ਦਿੱਤਾ ਅਸੀਂ ਇਹਨਾਂ ਨੂੰ ਤਕਰੀਬਨ 15 ਦਿਨ ਸਾਨੂੰ ਇਨਕੁਆਰੀ ਤੇ ਹਫਤਾ ਤੱਕ ਅਸੀਂ ਆਪਣਾ ਸਾਡਾ ਦਫ਼ਤਰ ਲਏਗਾ ਕੋਈ ਨਾ ਕੋਈ ਜੋ ਵੀ ਰਿਪੋਰਟ ਦੇ ਉੱਤੇ ਕਾਰਵਾਈ ਕਰਨੀ ਹੋएगी ਅਸੀਂ ਕਰਾਂਗੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜਾ ਮੁੱਦਾ ਕਾਫੀ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਇਹਨੂੰ ਅਸੀਂ ਖਤਮ ਕਰੀਏ ਤਾਂ ਜੋ ਇਹ ਵੀ ਆਪਣੇ ਅਮਨ ਸ਼ਾਂਤੀ ਨਾਲ ਆਪਣੇ ਘਰਾਂ 'ਚ ਰਹਿ ਸਕਣ ਕਿਉਂਕਿ ਇਹ ਵੀ ਇਹ ਵੀ ਜਿੱਦਾਂ ਉਹਨਾਂ ਦੇ ਬਜ਼ੁਰਗ ਵੀ ਕੋਈ ਆਏ ਸੀ ਉਹਨਾਂ ਦੇ ਵੀ ਕਿੰਨਾ ਗੁੱਸਾ ਜਿਹੜਾ ਮਹਿਸੂਸ ਜਿਹੜਾ ਉਹ ਗੁੱਸੇ ਨਾਲ ਗੱਲ ਕਰ ਰਹੀ ਸੀ ਉਸ ਤੋਂ ਮੈਨੂੰ ਲੱਗ ਰਿਹਾ ਸੀ ਵੀ ਇਹਨਾਂ ਦੇ ਕੋਈ ਨਾ ਕੋਈ ਇਹਨਾਂ ਦੇ ਡੈਫੀਨਿਟਲੀ ਕਿਤੇ ਇਹਨਾਂ ਨੂੰ ਫੀਲਿੰਗਸ ਹੈਗੀਆਂ ਨੇ ਵੀ ਸਾਡੇ ਨਾਲ ਕੋਈ ਨਜਾਇਜ਼ ਹੋਇਆ ਬਟ ਅਸੀਂ ਰੂਲਾਂ ਦਾ ਵਿੱਚ ਰਹਿੰਦੇ ਹੋਏ ਇਹਨੂੰ ਪੂਰੀ ਇਨਕੁਆਇਰੀ ਕਰਕੇ ਜੇ ਕਿਸੇ ਨਾਲ ਕੋਈ ਨਜਾਇਜ਼ ਹੋਇਆ ਤਾਂ ਡੈਫੀਨਿਟਲੀ ਅਸੀਂ ਸੁਧਾਰ ਕਰਾਂਗੇ ਜੇ ਬਰਾਜ ਉਸ ਦੀ ਸੰਘਰਸ਼ ਕਮੇਟੀ ਜਾਨੀ ਜੁਗਿਆਲ ਜਿਹੜੀ ਪਿਛਲੇ ਦਿਨ ਅੱਜ ਤੋਂ 6 ਮਹੀਨੇ ਪਹਿਲੇ ਜਿਹੜੀ ਐਸਡੀਐਮ ਸੌਰ ਬਰੋਨ ਨੇ ਇਨਕੁਆਇਰੀ ਕੀਤੀ ਸੀ ਜਿਹਦੇ ਵਿੱਚ ਇਨਕੁਆਇਰੀ ਵਿੱਚ 50 ਬੰਦੇ ਡਿਫਾਲਟਰ ਗਲਤ ਪਾਈ ਗਈ ਸੀ ਗਲਤ ਪਾਏ ਗਏ ਸੀ ਪਾਲਿਸੀ ਮੁਤਾਬਕ ਜਿਹੜੀ ਉਹ ਇਨਕੁਆਇਰੀ ਉਸ ਡੀਸੀ ਦਫ਼ਤਰ ਫਰਾਂਕੋੜ ਗਈ ਸੀ ਉਸ ਤੋਂ ਬਾਅਦ ਉਹ ਇਨਕੁਆਰੀ ਚੀਫ ਸੈਕਟਰੀ ਪੰਜਾਬ ਨੂੰ ਚੰਡੀਗੜ੍ਹ ਗਈ ਸੀ ਉਸ ਤੋਂ ਬਾਅਦ ਅੱਜ 2 ਮਹੀਨੇ ਹੋ ਗਏ ਇਨਕੁਆਰੀ ਆਏ ਬਰਾਏ ਦਫ਼ਤਰ ਬਰਾਏ ਦਫ਼ਤਰੋਂ ਇਨਕੁਆਰੀ ਚੀਫ ਦਫ਼ਤਰ 8 ਤਰੀਕ ਇੱਥੇ ਪਹੁੰਚੀ ਹੈ ਅੱਜ 10-15 ਦਿਨ ਹੋ ਗਏ ਇਨਕੁਆਰੀ ਚੀਫ ਦਫ਼ਤਰ ਆਏ ਤੇ ਅੱਜ ਆਪਾਂ ਇੱਥੇ ਆਏ ਸੀ ਆਪਾਂ ਪਹਿਲਾਂ ਵੀ ਕਾਫੀ ਵਾਰੀ ਆਨੇ ਆ ਪਰ ਸਾਨੂੰ ਚੀਫ ਸਾਹਿਬ ਨਹੀਂ ਮਿਲਦੇ ਪਏ ਸੀ ਮੇਰੀ ਪਹਿਲੇ ਹੀ ਫੋਨ ਦੇ ਵਿੱਚ ਚੀਫ ਸਾਹਿਬ ਨਾਲ ਗੱਲ ਹੋਈ ਸੀ ਤੇ ਚੀਫ ਸਾਹਿਬ ਨਾਲ ਅੱਜ ਸਾਡੀ ਮੀਟਿੰਗ ਹੋਈ ਹੈ ਤੇ ਜਿਹੜੀ ਇਨਕੁਆਰੀ ਹੋਈ ਹੈ ਇਹਦੇ ਵਿੱਚ ਜਿਹੜੇ ਬੰਦੇ ਡਿਫਾਲਟਰ ਫਸੇ ਆ ਤੇ ਜਿਹੜੇ ਅਫਸਰ ਆ ਉਹ ਉਹਨਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਲੱਗੇ ਆ ਤੇ ਹੁਣ ਸਾਨੂੰ ਚੀਫ ਸਾਹਿਬ ਨੇ ਟਾਈਮ ਦਿੱਤਾ ਹੈ ਕਿ 20 3 ਚੱਕਰ ਜਾਂ 15 15 3 ਦੇ ਵਿੱਚ ਵਿੱਚ ਜਿਹੜੇ ਬੰਦੇ ਆ ਤਾਂ ਆਪਾਂ ਜਿਹੜੀ ਰਿਪੋਰਟ ਆ ਚੰਡੀਗੜ੍ਹ ਭੇਜਾਂਗੇ ਤੇ ਜਿਹੜੇ ਡਿਫਾਲਟਰ ਬੰਦੇ ਆ ਉਹਨਾਂ ਨੂੰ ਕੱਢਾਂਗੇ ਤੇ ਸਾਨੂੰ ਨਹੀਂ ਲੱਗਦਾ ਕਿਉਂਕਿ 에어ਪੋਰਟ ਉੱਪਰ ਦੇਰ ਕਰ ਰਿਹਾ ਉੱਪਰ ਰਿਪੋਰਟ ਨਹੀਂ ਭੇਜ ਰਹੇ ਕਿਉਂਕਿ ਇਹਦੇ ਵਿੱਚ ਵੱਡੇ ਵੱਡੇ ਅਫਸਰ ਜਿਹੜੇ ਫਸ ਰਹੇ ਆ ਜਿਹੜੇ ਅਸੀਂ ਦਿਨ ਇਨਕੁਆਰੀ ਕੀਤੀ ਹੈ ਇਹਦੇ ਵਿੱਚ ਵੱਡੇ ਵੱਡੇ ਬੰਦੇ ਇਹ ਮਗਰਮਾਸ਼ਾ ਉਹ ਫਸ ਰਿਹਾ ਇਹ ਬੰਦੇ ਨਹੀਂ ਬਚਾ ਰਹੇ ਜਿਹੜੇ ਬੰਦੇ ਗਲਤ ਹੋ ਰਹੇ ਇਹ ਆਪਣੇ ਆਪਸਰ ਬਚਾ ਰਹੇ ਮੈਂ ਚਾਹਨਾ ਜੇ ਕਾਨੂੰਨ ਹੈ ਜੇ ਇੰਡੀਆ ਦੇ ਵਿੱਚ ਕਾਨੂੰਨ ਹੈ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੈਂ ਚਾਹਨਾ ਜਿਹੜੀ ਪਠਾਨਕੋਟ ਦੀ ਜਨਤਾ ਹੈ ਮੈਂ ਨਹੀਂ ਚਾਹੁੰਦਾ ਕੋਈ ਲੀਡਰ ਨਾ ਜਾਂ ਪੰਜਾਬ ਦੇ ਪਠਾਨਕੋਟ ਦੀ ਜਨਤਾ ਸਾਡੀ ਕਿਸੇ ਨਾਲ ਕੋਈ ਖਬਰ ਨਹੀਂ ਅਜੇ ਤੱਕ ਸਾਡੇ ਹੱਕ ਦੇ ਵਿੱਚ ਕੋਈ ਨਹੀਂ ਬੋਲਿਆ ਮੈਂ ਚਾਹਨਾ ਕਿ ਸਾਡੀ ਜਿਹੜੀ ਗਰੀਬਾਂ ਦੀ ਇੰਨੀ ਜ਼ਮੀਨਾਂ ਗਈਆਂ ਹੈ ਕਿਸੇ ਨੂੰ ਨੌਕਰੀ ਨਹੀਂ ਮਿਲੀ ਤੇ ਮੈਂ ਚਾਹਨਾ ਕਿ ਸਾਡੇ ਹੱਕ ਦੇ ਵਿੱਚ ਕੋਈ ਖਬਰ ਲਵਾਵੇ ਤਾਂ ਸਾਨੂੰ ਖੁਸ਼ੀ ਹੋਏਗੀ ਤੇ ਮੈਂ ਚਾਹਨਾ ਕਿ ਅੱਜ ਦਾ ਜਿਹੜਾ ਇੱਥੇ মিডিਆ ਆਇਆ ਮੈਂ মিডিਆ ਦਾ ਬਹੁਤ ਧੰਨਵਾਦ ਕਰਨਾ ਕਿ মিডিਆ ਨੂੰ ਮੈਂ ਜਿਸ ਟਾਈਮ ਫੋਨ ਕਰਦਾ ਉਸੇ ਟਾਈਮ ਸਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ 24 ਘੰਟੇ ਮੈਂ ਦਾ ਇੱਥੇ ਬਹੁਤ ਧੰਨਵਾਦ ਕਰਦਾ ਹਾਂ ਤੇ ਜਿਹੜੇ ਅਫਸਰ ਚੋਰ ਆ ਇਹਨਾਂ ਨੂੰ ਜਿਹਨਾਂ ਨੇ ਨਹੀਂ ਵੱਡਾ ਘਵਲਾ ਕੀਤਾ ਜਾਂ ਇਹਨਾਂ ਨੂੰ ਅੰਦਰ ਸੁਟਿਆ ਜਾਵੇ ਇਹ ਮੰਗ ਸਾਡੀ ਨਹੀਂ ਮੰਨੀ ਜਾਂਦੀ ਤਾਂ ਆਪਾਂ 20 ਤਰੀਕ ਤੋਂ ਬਾਅਦ ਚ 21 ਤਰੀਕ ਨੂੰ ਆਪਾਂ ਫਿਰ ਕੋਈ ਆਤਮ ਹੱਤਿਆ ਤੱਕ ਜਾਵਾਂਗੇ ਜਾਂ ਫਿਰ ਬਰਾਏ ਦਾ ਕੰਮ ਬੰਦ ਕਰਾਵਾਂਗੇ ਉਹ ਜ਼ਿੰਮੇਵਾਰੀ ਜਿਹੜੇ ਅੱਜ ਇੱਥੇ ਅਫਸਰ ਬੈਠੇ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਤੇ ਇ ਕੱਲ ਬਾਅਦ ਆਦੇ ਤੋਂ ਕੀ 15 ਦਿਨਾਂ ਨੂੰ ਪਤਾ ਦਿngਿਆ ਸੀ ਹੂੰ 15 ਨਹੀਂ ਦਿੱਤਾ ਤਾਂ ਆਏ ਆਪਣਾ ਲੋਨ ਨਾਲ ਕਰਨਾ ਹੀ ਕਰਨਾ ਹੈ ਹੂੰ ਕਿੰਨੇ ਦਿਨ ਤੋਂ ਇਹ ਖੱਜਲ ਖਵਾਦ ਹੋ ਰਹੀ ਹੈ ਮੇਕੀ ਤੋਂ ਇਹ 25 ਸਾਲ ਦਰੀਆਂ ਚ ਗਾਂਦੇ ਚਾਂਦੇ ਨਾ ਮੈਂ ਅੱਜ ਆਪਾਂ ਇੱਥੇ ਆਏ ਆਂ ਚੀਫ ਇੰਜੀਨੀਅਰ ਦਫ਼ਤਰ ਤੇ ਆਪਾਂ ਪਤਾ ਕਿ ਸਾਨੂੰ ਇਹਨਾਂ ਨੇ ਟਾਈਮ ਦਿੱਤਾ ਹੈ ਕਿ ਆਪਾਂ 15 ਦਿਨਾਂ ਦੇ ਅੰਦਰ ਅੰਦਰ ਜੋ ਵੀ ਇਨਕੁਆਰੀ ਹੈ ਆਪਾਂ ਕਰਕੇ ਰਿਪੋਰਟ ਅੱਗੇ ਭੇਜਦੇ ਆਂ ਤੇ ਸਾਨੂੰ ਇਹਨਾਂ ਨੇ 15 ਦਿਨ ਦਾ ਟਾਈਮ ਦਿੱਤਾ ਹੈ ਮੈਂ ਇਹਨਾਂ ਨੂੰ 5 ਦਿਨ ਐਕਸਟਰਾ ਮੰਨ ਕੇ ਚੱਲਦਾ ਕਿ 20 ਦਿਨ ਚ ਕਰ ਦੋ ਪਰ ਸਾਡਾ ਮਤਲਬ ਕਿ ਜੋ ਸਾਡੀ ਇਨਕੁਆਰੀ ਹੈ ਸਾਡੀ ਕੰਪਲੀਟ ਕਰਾਉਣੇ ਜਿਹੜੇ ਬੰਦੇ ਗਲਤ ਆ ਉਹਨਾਂ ਨੂੰ ਬਾਹਰ ਕੱਢਣ ਤੇ ਸਾਨੂੰ ਨੌਕਰੀਆਂ ਦੇਣ ਤੇ ਮੈਂ ਤੇ ਇਹਨਾਂ ਨੂੰ ਨੇ ਤੇ ਆਪਾਂ ਇੱਥੋਂ ਤੱਕ ਮਤਲਬ ਕਿ ਕਦਮ ਚੁੱਕ ਸਕਦੇ ਆ ਕਿ ਆਪਾਂ ਇੱਥੇ ਆ ਕੇ ਆ ਖੁਦ ਖੁਸ਼ੀ ਕਰ ਸਕਦੇ ਆ ਆਪਣੇ ਆਪ ਨੂੰ ਅੱਗ ਲਾ ਕੇ ਫੂਕ ਲਾਂਗੇ ਆਤਮ ਹੱਤਿਆ ਤੱਕ ਕਰਨ ਦੀ ਕੋਸ਼ਿਸ਼ ਕਰ ਸਕਦਾ ਹਾਂ ਕੀ ਕਰਨ ਤੁਹਾਨੂੰ ਨੌਕਰੀਆਂ ਕਿਉਂ ਨਹੀਂ ਦੇ ਰਹੇ ਹੈਗੇ ਕਿਉਂਕਿ ਨੌਕਰੀਆਂ ਸਾਨੂੰ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਇਹ ਜਿਹੜੇ ਵੀ ਇੱਥੋਂ ਦੇ ਅਫਸਰ ਹੈ ਸਾਰੇ ਇਹਨਾਂ ਸਾਰਿਆਂ ਨੇ ਮਤਲਬ ਕਿ ਮੋਟੀਆਂ ਰਕਮਾਂ ਖਾਧੀਆਂ ਹੋਈਆਂ ਨੇ ਦੋ ਨੰਬਰ 'ਚ ਬੰਦੇ ਰੱਖੇ ਹੋਏ ਆ ਇਹਨਾਂ ਨੇ ਮਰਲਾ ਮਰਲਾ ਆਪਣੇ ਰਿਸ਼ਤੇਦਾਰ ਤੱਕ ਇਹਨਾਂ ਨੇ ਰੱਖੇ ਹੋਏ ਆ ਜਿਹੜੇ ਬਰਾਜ ਦੇ ਬੰਦੇ ਆ ਤੇ ਮੈਨੂੰ ਨਹੀਂ ਲੱਗਦਾ ਉਹਨਾਂ 'ਚ ਉਹ ਬਰਾਜ ਦੇ ਬੰਦੇ ਆ ਜਿਹੜੇ ਉਹਨਾਂ ਨੂੰ 5-7 ਨੂੰ ਨੌਕਰੀਆਂ ਮਿਲੀਆਂ ਜਿਨ੍ਹਾਂ ਦੀਆਂ ਪਹਿਲੀਆਂ ਕੁਆਇਰ ਹੋਈਆਂ ਸਾਡੀ ਤਰ੍ਹਾਂ ਨਹੀਂ ਦੇ ਵਿੱਚ ਜਗ੍ਹਾ ਕੁਆਇਰ ਹੋਈ ਆ ਸਾਨੂੰ ਅੱਜ ਤੱਕ ਨੌਕਰੀ ਨਹੀਂ ਮਿਲੀਆਂ 2 ਜਾਂ 14 ਦੇ ਵਿੱਚ ਜਿਹੜੀ ਕੁਆਇਰ ਹੋਈ ਹੈ ਜਗ੍ਹਾ ਉਹਨਾਂ ਲੋਕੀ ਅੱਜ ਨ ਮਰਲੇ ਮਰਲੇ ਵਾਲੇ ਨੌਕਰੀਆਂ ਕਰ ਰਹੇ ਨਾ ਜੇ ਇਹ ਬੰਦੇ ਮਰਲੇ ਵਾਲੇ ਨਹੀਂ ਕਰਦੇ ਸਾਢੇ 850 ਇੰਤਕਾਲ ਜਿਹੜਾ ਕਿਲੇਲੇ ਮਤਾਂ ਦੇ ਥੱਲੇ ਜਿਹੜੇ ਲੋਕਾਂ ਨੇ ਜਗ੍ਹਾ ਬਣਾਈਆਂ ਉਹ ਵੀ ਨੌਕਰੀਆਂ ਦੇਣ ਨੂੰ ਫਿਰ ਮਹਿਕਮਾ ਤਿਆਰ ਹੋ ਜਾਏ ਕਿਉਂਕਿ ਜੇ ਇਹ ਬੰਦੇ ਨਿਕਲਦੇ ਨਾ ਸਾਨੂੰ ਸਾਡੇ ਜਿਹੜੇ ਆਪਣੇ ਜ਼ਿਮੀਂਦਾਰ ਜਿਹੜੇ 17 ਪਿੰਡਾਂ ਦੇ ਬੰਦੇ ਨੇ ਜਿਹੜੇ ਉਹਨਾਂ ਨੂੰ 80 ਬੰਦੇ ਜਿਹਨਾਂ ਨੂੰ ਨੌਕਰੀਆਂ ਮਿਲਦੀਆਂ ਨਾ ਤਾਂ ਇਹ ਬਸ ਇੱਕੋ ਮੰਗਾ ਸਾਡੀ ਕਿ ਜਿਹੜਾ ਇਨਸਾਫ਼ ਤੇ ਹੱਕ ਸਾੱਚੀ ਸਾਡੀ ਲੜਾਈ ਲੜੇਗਾ ਨਾ ਜਿਹੜੀ ਇਹਦੇ ਵਿੱਚ ਕੋਈ ਸਾਡੀ ਮੀਡੀਆ ਬਹੁਤ ਜੀਦਾ ਇਹਦਾ ਧੰਨਵਾਦ ਕਰਦੇ ਆਂ ਅਸੀਂ विक्टोरिया स्टेट पठानकोट में खुल गया है डिस्काउंट वेयर हाउस शोरूम जहाँ पर आपको मिलेगी ब्रांड शूज इलेक्ट्रॉनिक आइटम होम एंड किचन अप्लायसेज वो भी पचास प्रतिशत डिस्काउंट पर सो वॉट आर यू वेटिंग फॉर कम टू डिउंट वेयर हाउस बेस्ट प्राइस एनिवेर डिफेंस रोड विक्टोरिया स्टेट पठानकोट